ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਨਵੀਂ ਕ੍ਰੇਟਾ ਜਿਹੜਾ ਨਵਾਂ ਫੇਸ ਲਿਫਟ ਲਾਂਚ ਹੋਇਆ ਉਹਦੇ ਬਾਰੇ ਆਪਾਂ ਸਾਰੀ ਅੱਜ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਹੜੇ ਬੰਦੇ ਨਵੀਂ ਕ੍ਰੇਟਾ ਖਰੀਦਣੀ ਚਾਹੁੰਦੇ ਆ ਉਹਨਾਂ ਵਾਸਤੇ ਵੀਡੀਓ ਬੜੀ ਕੰਮ ਦੀ ਆ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰੀ ਜਾਣਕਾਰੀ ਦੇ ਦੇਣੀ ਹੈ ਕੱਲੇ-ਕੱਲੇ ਵੇਰੀਐਂਟ ਕਿਹੜਾ ਵੇਰੀਐਂਟ ਤੁਹਾਨੂੰ ਡੀਜ਼ਲ 'ਚ ਮਿਲ ਰਿਹਾ ਕਿਹੜਾ ਪੈਟਰੋਲ 'ਚ ਮਿਲ ਰਿਹਾ ਕਿਹਦਾ ਰੇਟ ਕਿੰਨਾ ਰਹੂਗਾ ਤੁਹਾਡੇ ਲਈ ਬੈਸਟ ਕ੍ਰੇਟਾ ਕਿਹੜੀ ਰਹੂਗੀ ਕਿਹੜਾ ਕ੍ਰੇਟਾ ਦਾ ਵੇਰੀਐਂਟ ਬਹੁਤ ਜ਼ਿਆਦਾ ਵਧੀਆ ਰਹੂਗਾ ਸਾਰੀ ਗੱਲਬਾਤ ਆਪਾਂ ਖੁੱਲ ਕੇ ਡਿਟੇਲ ਦੇ ਵਿੱਚ ਕਲਾ-ਕਲਾ ਫੀਚਰ ਤੁਹਾਨੂੰ ਦੱਸ ਦੇਣਾ ਇਸ ਵੀਡੀਓ ਚ ਸੋ ਇਹਦੇ ਵਿੱਚ 7 ਵੇਰੀਐਂਟ ਹੁੰਡਾਈ ਨੇ ਲਾਂਚ ਕੀਤੇ ਆ 7 ਵੇਰੀਐਂਟ ਕਿਹੜੇ ਆ E, EXS, S ਆਪਸ਼ਨਲ, SX, SXX ਟੈਕ ਔਰ SX ਆਪਸ਼ਨਲ ਇਹ ਸਾਰੇ ਵੇਰੀਐਂਟ ਜਿਹੜੇ ਆ ਇਹਨਾਂ ਨੇ ਦਿੱਤੇ ਹੋਏ ਆ ਸੋ ਇਹਦੇ ਵਿੱਚ ਆਪਾਂ ਗੱਲਬਾਤ ਕਰ ਲਈਏ ਤੇ ਸਭ ਤੋਂ ਖਾਸ ਗੱਲ ਜਿਹੜੀ ਬੇਸ ਵੇਰੀਐਂਟ ਜਿਹੜੇ ਉਹ ਬਹੁਤ ਜ਼ਿਆਦਾ ਸੇਲ ਹੁੰਦੇ ਆ ਲੋਕੀ ਜਿਹੜੇ ਮੋਡੀਫਿਕੇਸ਼ਨ ਕਰਦੇ ਜਿਹੜੇ ਕਸਟਮਾਈਜ਼ ਕਰਦੇ ਕਾਰਨ ਉਹਨਾਂ ਵਾਸਤੇ ਬੇਸ ਵੇਰੀਐਂਟ ਜਿਹੜੇ ਉਹ ਜ਼ਿਆਦਾ ਵਧੀਆ ਰਹਿੰਦੇ ਆ ਔਰ ਦੋਸਤੋ ਇਹਦੇ ਵਿੱਚ ਸ਼ੁਰੂ ਕਰ ਲਈਏ ਆਪਾਂ E ਤੋਂ E ਦੇ ਵਿੱਚ ਕੀ ਕੁਝ ਮਿਲ ਰਿਹਾ ਸਭ ਤੋਂ ਜ਼ਰੂਰੀ ਗੱਲ ਕਿ E ਪੈਟਰੋਲ ਔਰ ਡੀਜ਼ਲ ਦੇ ਵਿੱਚ ਸਿਰਫ ਮੈਨੂਅਲ ਦੇ ਵਿੱਚ ਮਿਲੂਗਾ ਆਟੋਮੈਟਿਕ ਦੇ ਵਿੱਚ ਨਹੀਂ ਹੈਗਾ ਪੈਟਰੋਲ ਜੇ ਤੁਸੀਂ ਖਰੀਦਦੇ ਹੋ ਤੇ ਉਹਦੀ ਕੀਮਤ ਹੈਗੀ ਜੀ 11 ਲੱਖ ਰੁਪਏ ਡੀਜ਼ਲ ਲੈਂਦੇ ਹੋ ਤੇ ਤੁਹਾਨੂੰ ਮਿਲੇਗਾ 12 ਲੱਖ 45000 ਰੁਪਏ ਐਕਸ ਸ਼ੋਰੂਮ ਪ੍ਰਾਈਸ 16 ਇੰਚ ਸਟੀਲ ਰੇਮੇ ਦੇ ਵਿੱਚ ਮਿਲ ਜਾਣਗੇ ਵਿਦ হুইਲ ਕਵਰ ਮਿਲਣਗੇ ਉਸ ਤੋਂ ਬਾਅਦ ਪ੍ਰੋਜੈਕਟਰ ਹੈੱਡ ਲੈਂਪ ਇਹਦੇ ਵਿੱਚ ਮਿਲ ਜਾਣਗੇ ਬਾਡੀ ਕਲਰ ORVM ਮਿਲ ਜਾਣਗੇ ਫੈਬਰਿਕ ਸੀਟ ਮਿਲਣਗੀਆਂ ਲੈਦਰ ਸੀਟਾ ਨਹੀਂ ਮਿਲਣੀਆਂ ਹਾਈਟ ਐਡਜਸਟੇਬਲ ਡਰਾਈਵਿੰਗ ਸੀਟ ਮਿਲੂਗੀ ਡੋਰ ਸਕਿਡ ਪਲੇਟਸ ਵੀ ਨਾਲ ਮਿਲ ਜਾਣਗੀਆਂ AC ਫਰੰਟ ਔਰ ਰੀਅਰ ਦੋਨੇ ਪਾਸੇ ਮਿਲ ਜੂਗਾ ਰੀਅਰ AC ਵੀ ਬੇਸ ਵੇਰੀਐਂਟ ਤੋਂ ਹੀ ਸਟਾਰਟ ਹੋ ਗਿਆ ਬੜੀ ਖਾਸ ਗੱਲ ਹੈ ਕੀਲੈਸ ਐਂਟਰੀ ਮਿਲ ਜੂਗੀ ਯਾਨੀ ਕਿ ਅੱ비 ਜਿਹੜੀ ਰਿਮੋਟ ਵਾਲੀ ਮਿਲ ਜੂਗੀ ਫਰੰਟ ਔਰ ਰੀਅਰ ਆਰਮ ਰੈਸਟ ਦੋਨੇ ਪਾਸੇ ਆਰਮ ਰੈਸਟ ਮਿਲਣਗੇ ਬੇਸ ਤੋਂ ਹੀ ਤੁਹਾਨੂੰ ਆਰਮ ਰੈਸਟ ਮਿਲ ਰਿਹਾ ਔਰ ਫਰੰਟ ਦੇ ਵਿੱਚ ਤੁਹਾਨੂੰ ਸਟੋਰੇਜ ਵੀ ਮਿਲ ਜੂਗੀ ਔਰ ਜਿਹੜਾ ਰੀਅਰ ਆਰਮ ਰੈਸਟ ਆ ਉਹਦੇ ਵਿੱਚ ਕੱਪ ਹੋਲਡਰ ਵੀ ਨਾਲ ਮਿਲ ਜਾਣਗੇ ਟਾਈਪ ਸੀ ਯੂਐਸਬੀ ਚਾਰਜਰ ਦੋ ਪੋਰਟਾਂ ਤੁਹਾਨੂੰ ਪਿੱਛੇ ਵੀ ਮਿਲਣਗੀਆਂ ਟਾਈਪ ਸੀ ਵਾਲੀਆਂ ਫੋਨ ਚਾਰਜ ਕਰਨ ਵਾਸਤੇ ਟਿਲਟ ਐਂਡ ਟੈਲੀਸਕੋਪਿਕ ਸਟੀਅਰਿੰਗ ਵੀਲ ਮਿਲ ਜੂਗਾ ਇਹ ਵੀ ਬੜੀ ਖਾਸ ਗੱਲ ਆ ਚਾਰੇ ਪਾਵਰ ਵਿੰਡੋ ਤੁਹਾਨੂੰ ਬੇਸ ਵੇਰੀਐਂਟ ਤੋਂ ਹੀ ਮਿਲ ਰਹੀਆਂ ਡਿਜੀਟਲ ਕਲਸਟਰ ਮਿਲ ਜੂਗਾ ਇਨਸਟਰੂਮੈਂਟ ਕਲਸਟਰ ਡਿਜੀਟਲ ਮਿਲ ਜੂਗਾ ਟੀਪੀਐਸ ਮਿਲ ਜੂਗਾ ਟੀਪੀਐਸ ਟਾਇਰ ਪ੍ਰੈਸ਼ਰ ਮਾਨੀਟਰ ਸਿਸਟਮ ਜਿਹੜਾ ਉਹ ਵੀ ਤੁਹਾਨੂੰ ਬੇਸ ਵੇਰੀਐਂਟ ਤੋਂ ਹੀ ਸਟਾਰਟ ਹੋ ਜਾ ਕਰੂਗਾ ਮਿਲਣਾ ਸੈਂਟਰ ਲੋਕਿੰਗ ਨਾਲੇ ਤੁਹਾਨੂੰ ਮਿਲੇਗੀ ਰੀਅਰ ਪਾਰਕਿੰਗ ਸੈਂਸਰ ਵੀ ਮਿਲ ਜਾਣਗੇ ਔਰ ਖਾਸ ਗੱਲ ਕੀ ਹੈ ਕਿ ਬੇਸ ਵੇਰੀਐਂਟ ਤੋਂ ਹੀ ਚਾਰੇ ਡਿਸਕ ਬ੍ਰੇਕਾਂ ਤੁਹਾਨੂੰ ਮਿਲ ਜਾਣਗੀਆਂ ਐਨੇ ਫੀਚਰ ਸਿਰਫ ਬੇਸ ਦੇ ਵਿੱਚ ਆ ਤੇ ਜਿਹੜਾ ਟਾਪ ਵੇਰੀਐਂਟ ਆ ਉਹਦੇ ਵਿੱਚ ਕੀ ਕੁਝ ਦਿੱਤਾ ਹੋਏਗਾ ਕਿ ਲਾਸਟ ਤੱਕ ਵੀਡੀਓ ਦੇਖਿਓ ਤੁਹਾਨੂੰ ਕੱਲੀ ਕੱਲੀ ਡਿਟੇਲ ਦੇ ਵਿੱਚ ਜਾਣਕਾਰੀ ਦੇ ਦੇਣੀ ਆ ਸੇਫਟੀ ਦੀ ਗੱਲ ਕਰੀਏ ਤੇ ਸੇਫਟੀ ਦੇ ਨਾਂ ਤੇ ਇਹਦੇ ਵਿੱਚ ਬਹੁਤ ਕੁਝ ਹੈ 6 에어ਬੈਗ ਤੁਹਾਨੂੰ ਕੰਪਲਸਰੀ ਹਰ ਵੇਰੀਐਂਟ ਦੇ ਵਿੱਚ ਮਿਲ ਜਾਣੇ ਐਬੀਐਸ ਮਿਲੂਗੀ ਈਬੀਡੀ ਮਿਲ ਜਾਣਗੇ ਈਐਸਸੀ ਮਿਲ ਜੂਗਾ ਹਿੱਲ ਸਟਾਰਟ ਕੰਟਰੋਲ ਵਗੈਰਾ ਫੀਚਰ ਜਿਹੜੇ ਆ ਉਹ ਵੀ ਸਾਰੇ ਮਿਲਣਗੇ ਯਾਨੀ ਕਿ ਬੇਸਿਕ ਫੀਚਰਸ ਜਿਹੜੇ ਆਮ ਗੱਡੀਆਂ ਦੇ ਟਾਪ ਵੇਰੀਐਂਟ ਚ ਮਿਲਦੇ ਆ ਉਹ ਸਾਰੇ ਤੁਹਾਨੂੰ ਬੇਸ ਵੇਰੀਐਂਟ ਦੇ ਵਿੱਚ ਹੀ ਮਿਲ ਜਾਣਗੇ ਇੱਕੋ ਹੀ ਵੱਡੀ ਚੀਜ਼ ਆ ਜਿਹੜੀ ਇਹਦੇ ਵਿੱਚ ਤੁਹਾਨੂੰ ਨਹੀਂ ਮਿਲ ਰਹੀ ਉਹ ਹੈਗਾ 뮤ਜ਼ਿਕ ਸਿਸਟਮ ਕੁੱਲ ਮਿਲਾ ਕੇ ਤੁਸੀਂ ਜੇ ਈ ਵੇਰੀਐਂਟ ਲੈਂਦੇ ਹੋ ਤੇ ਇੱਚ ਸਿਰਫ ਤੁਸੀਂ 뮤ਜ਼ਿਕ ਸਿਸਟਮ ਹੀ ਲਵਾਣਾ ਤੇ ਤੁਹਾਡੀ ਪ੍ਰੋਪਰ ਗੱਡੀ ਹੋ ਜਾਂਦੀ ਆ ਪੂਰੀ ਕੰਪਲੀਟ ਗੱਡੀ ਪੂਰੇ ਵਧੀਆ ਫੀਚਰਸ ਦੇ ਨਾਲ ਔਰ ਦੋਸਤੋ ਜਿਹੜਾ ਈ ਵੇਰੀਐਂਟ ਹੀਗਾ ਉਹਦੇ ਵਿੱਚ ਜੇ ਤੁਸੀਂ ਪੈਟਰੋਲ ਲੈਂਦੇ ਹੋ ਤਾਂ ਉਹ ਤੁਹਾਨੂੰ 11 ਲੱਖ ਰੁਪਏ ਐਕਸ ਸ਼ੋਰੂਮ ਪ੍ਰਾਈਸ ਮਿਲੇਗਾ ਜੇ ਤੁਸੀਂ ਡੀਜ਼ਲ ਲੈਂਦੇ ਹੋ ਤੇ ਉਹ 12 ਲੱਖ 45000 ਰੁਪਏ ਐਕਸ ਸ਼ੋਰੂਮ ਪ੍ਰਾਈਸ ਮਿਲੇਗਾ ਅੱਗੇ ਗੱਲ ਕਰ ਲਈ ਈ ਐਕਸ ਦੀ ਈ ਐਕਸ ਦੇ ਵਿੱਚ ਤੁਹਾਨੂੰ ਪੈਟਰੋਲ ਔਰ ਡੀਜ਼ਲ ਦੋਨੇ ਮਿਲਣਗੇ ਪਰ ਮੈਨੂਅਲ ਦੇ ਵਿੱਚ ਮਿਲਣਗੇ ਆਟੋਮੈਟਿਕ ਦੇ ਵਿੱਚ ਨਹੀਂ ਹੈ ਨਾਰਮਲ ਪੈਟਰੋਲ ਇੰਜਨ ਮਿਲੂਗਾ ਟਰਬੋ ਵੀ ਨਹੀਂ ਹੈਗਾ ਹਜੇ ਤੱਕ ਪੈਟਰੋਲ ਲੈਂਦੇ ਹੋ ਤੇ 12 ਲੱਖ 18000 ਰੁਪਏ ਡੀਜ਼ਲ ਲੈਂਦੇ ਹੋ 13 ਲੱਖ 68000 ਰੁਪਏ ਹੁਣ ਜਿਹੜ ਉਹ ਨਾਲ ਤੇ ਨਾਲ ਐਡ ਕਿਹੜੇ ਫੀਚਰ ਹੋ ਰਹੇ ਆ ਉਹ ਦੇਖ ਲਓ ਇਹ ਚ ਸ਼ਾਫਨ ਐਂਟੀਨਾ ਮਿਲ ਜੂਗਾ ਇਲੈਕਟ੍ਰਿਕਲੀ ਅਡਜਸਟੇਬਲ OVRVM ਮਿਲ ਜਾਣਗੇ ਮੈਪ ਲੈਂਸ ਮਿਲ ਜਾਣਗੇ 8 ਇੰਚ ਟੱਚ ਸਕਰੀਨ 뮤ਜ਼ਿਕ ਸਿਸਟਮ ਮਿਲ ਜੂਗਾ EX ਤੋਂ ਤੁਹਾਨੂੰ 뮤ਜ਼ਿਕ ਸਿਸਟਮ ਮਿਲਣਾ ਸਟਾਰਟ ਹੋ ਜਾਇਆ ਕਰੂਗਾ ਐਂਡਰੋਇਡ ਐਪਲ ਕਾਰਪਲੇ ਮਿਲੂਗਾ ਅੱਗੇ ਪਿੱਛੇ ਦੋਨੇ ਸਪੀਕਰਸ ਔਰ ਟਵੀਟਰ ਵੀ ਮਿਲਣਗੇ ਚਾਰ ਸਪੀਕਰ ਤੇ ਦੋ ਟਵੀਟਰ ਤੁਹਾਨੂੰ ਮਿਲ ਜਾਣਗੇ ਤੇ ਸਟੀਅਰਿੰਗ ਤੇ ਕੰਟਰੋਲ ਵਗੈਰਾ ਇਹਦੇ ਵਿੱਚ ਤੁਹਾਨੂੰ ਮਿਲਨੇ ਸਟਾਰਟ ਹੋ ਜਾਣਗੇ ਹੁਣ ਇਹ ਚ ਤੁਹਾਨੂੰ ਲੱਖ ਸਵਾ ਲੱਖ ਰੁਪਇਆ ਜ਼ਿਆਦਾ ਖਰਚਣਾ ਪਊਗਾ ਪਿਛਲੇ ਵੀ ਫੀਚਰਸ ਸਾਰੇ ਮਿਲਾ ਕੇ ਜੇ ਤੁਸੀਂ ਆਫਟਰ ਮਾਰਕੀਟ ਕੰਮ ਨਹੀਂ ਕਰਾਉਣਾ ਚਾਹੁੰਦੇ ਹੋ ਫਿਰ ਇਹ ਵੇਰੀਐਂਟ ਜਿਹੜਾ ਵਧੀਆ ਰਹੂਗਾ ਉਦੋਂ ਬਾਅਦ ਅੱਗੇ ਆ ਜਾਂਦਾ ਜੀ ਐਸ ਐਸ ਵੇਰੀਐਂਟ ਤੋਂ ਪੈਟਰੋਲ ਔਰ ਡੀਜ਼ਲ ਦੋਨੇ ਮਿਲ ਜਾਣਗੇ ਜੇ ਤੁਸੀਂ ਪੈਟਰੋਲ ਲੈਂਦੇ ਹੋ ਤੇ 13 ਲੱਖ 40 ਹਜ਼ਾਰ ਰੁਪਏ ਦਾ ਮਿਲੇਗਾ ਡੀਜ਼ਲ ਲੈਂਦੇ ਹੋ ਤੇ 14 ਲੱਖ 90 ਹਜ਼ਾਰ ਦਾ ਮਿਲੂਗਾ ਇਹ ਵੀ ਹਜੇ ਤੱਕ ਸਿਰਫ ਤੁਹਾਨੂੰ ਮੈਨੂਅਲ ਦੇ ਵਿੱਚ ਮਿਲਣਗੇ ਆਟੋ ਦੇ ਵਿੱਚ ਨਹੀਂ ਹੈ ਪਿਛਲੇ ਸਾਰੇ ਫੀਚਰਸ ਵੀ ਮਿਲਣਗੇ ਜਿਹੜੇ ਦੋਨੇ ਵੇਰੀਐਂਟਾਂ ਦੇ ਵਿੱਚ ਮਿਲ ਆਟੋ ਹੈੱਡ ਲੈਂਪ ਮਿਲ ਜਾਣਗੇ ਰੀਅਰ ਡੀਫੋਗਰ ਮਿਲ ਜਾਣਗੇ ਰੀਅਰ ਕੈਮਰਾ ਮਿਲ ਜੂਗਾ ਡਰਾਈਵਿੰਗ ਰੀਅਰ 뷰 ਮੋਨਿਟਰ ਸਿਸਟਮ ਮਿਲ ਜੂਗਾ 16 ਇੰਚ ਸਟੀਲ ਰਿਮ ਮਿਲਣਗੇ ਇਹ 'ਚ ਵੀ ਹਜੇ ਤੱਕ ਸਟੀਲ ਰਿਮ ਹੀ ਮਿਲਣਗੇ 4 ਵੀਮ LED ਹੈੱਡ ਲੈਂਪ ਮਿਲ ਜਾਣਗੇ DRL ਮਿਲ ਜਾਣਗੇ ਰੀਅਰ ਵਿੰਡੋ ਦੇ ਵਿੱਚ ਸਨ ਸ਼ੇਡ ਜਿਹੜੇ ਕੰਪਨੀ ਵੱਲੋਂ ਹੀ ਲੱਗੇ ਤੁਹਾਨੂੰ ਮਿਲਣਗੇ ਸਨ ਸ਼ੇਡ ਵਗੈਰਾ ਐਕਸਟਰਾ ਲਗਾਉਣ ਦੀ ਲੋੜ ਨਹੀਂ ਹੈਗੀ ਰੀਅਲ ਪਾਰਸਲ ਟ੍ਰੇ ਮਿਲ ਜੂਗੀ 크ਰੂਜ਼ ਕੰਟਰੋਲ ਇਹਦੇ ਤੋਂ ਮਿਲਣਾ ਸਟਾਰਟ ਹੋ ਜੂਗਾ ਰੀਅਰ ਵਾਈਪਰ ਐਂਡ ਵਾਸ਼ਰ ਮਿਲ ਜੂਗਾ ਕੋਲਡ ਗਲਵ ਬਾਕਸ ਵੀ ਇਹ 'ਚ ਮਿਲ ਜਿਆ ਕਰੂਗਾ ਛੋਟੀ ਜੀ ਫਰਿੱਜ ਹੁੰਦੀ ਜਿਹੜੀ ਸਮਾਨ ਕੋਈ ਠੰਡੇ ਨੂੰ ਠੰਡਾ ਰੱਖ ਸਕਦੀ ਹੈ ਗਰਮ ਨੂੰ ਠੰਡਾ ਨਹੀਂ ਕਰ ਸਕਦੀ ਉਹ ਵੀ ਤੁਹਾਨੂੰ ਇਹਦੇ ਵਿੱਚ ਨਾਲ ਹੀ ਮਿਲ ਜੂਗੀ ਇਹਦੂ ਅਗਲਾ ਵੇਰੀਐਂਟ ਹੈ ਦੋਸਤੋ ਐਸਐਕਸ ਆਪਸ਼ਨਲ ਐਸਐਕਸ ਆਪਸ਼ਨਲ ਦੇ ਵਿੱਚ ਤੁਹਾਨੂੰ ਕੀ ਖਾਸ ਮਿਲ ਰਿਹਾ ਪਹਿਲਾਂ ਗੱਲ ਕਰ ਲਈਏ ਸ਼ੁਰੂ ਰੇਟ ਤੋਂ ਇਹਦੇ ਵਿੱਚ ਤੁਹਾਨੂੰ ਮੈਨੂਅਲ ਔਰ ਆਟੋਮੈਟਿਕ ਦੋਨੇ ਟਰਾਂਸਮਿਸ਼ਨ ਮਿਲਣਗੇ ਜੇ ਪੈਟਰੋਲ ਮੈਨੂਅਲ ਟਰਾਂਸਮਿਸ਼ਨ ਲੈਂਦੇ ਹੋ ਤਾਂ 14 ਲੱਖ 33000 ਦਾ ਮਿਲ ਜੂਗਾ ਸੀਵੀਟੀ ਲੈਂਦੇ ਹੋ ਤੇ 15 ਲੱਖ 83000 ਦਾ ਮਿਲ ਜੂਗਾ ਡੀਜ਼ਲ ਮੈਨੋ ਟਰਾਂਸਮਿਸ਼ਨ ਲੈਂ ਆਟੋਮੈਟਿਕ ਟਰਾਂਸਮਿਸ਼ਨ ਲੈਂਦੇ ਹੋ ਤਾਂ 17,33,000 ਦਾ ਮਿਲ ਜੂਗਾ ਹੁਣ ਇਹਦੇ ਵਿੱਚ ਅਲਾਈ ਵੀਲ ਵੀ ਤੁਹਾਨੂੰ ਮਿਲਣਗੇ 17 ਇੰਚ ਅਲਾਈ ਵੀਲ ਮਿਲਣਗੇ ਪੈਂਡਰੋਮਿਕ ਸਨਰੂਫ ਇਹਦੇ ਤੋਂ ਮਿਲਣਾ ਸਟਾਰਟ ਹੋ ਜੂਗਾ ਡਿਊਲ ਜ਼ੋਨ ਏਸੀ ਵੀ ਮਿਲੂਗਾ ਡਿਊਲ ਜ਼ੋਨ ਏਸੀ ਕੀ ਹੁੰਦਾ ਕਿ ਮੰਨ ਲਓ ਆਪਾਂ ਮੈਂ ਗੱਡੀ ਚਲਾ ਰਿਹਾ ਤੇ ਮੇਰੇ ਵਾਲਾ ਏਸੀ ਦੇ ਕੰਟਰੋਲ ਮੇਰਾ ਟੈਂਪਰੇਚਰ ਹੋਰ ਹੋਊਗਾ ਤੇ ਮੇਰੇ ਨਾਲ ਦੇ ਬੰਦੇ ਬੈਠੇ ਦਾ ਹੋਰ ਹੋਊਗਾ ਜੇ ਮੈਨੂੰ ਏਸੀ ਚਾਹੀਦਾ ਉਧਰ ਹੀਟਰ ਚਾਹੀਦਾ ਐਦਾਂ ਵੀ ਹੋ ਸਕਦਾ ਮਤਲਬ ਹਵਾ ਆਉਣੀ ਸ਼ੁਰੂ ਹੋ ਜਾਏਗੀ ਹਾਲਾਂਕਿ ਉਹ ਟੈਂਪਰੇਚਰ ਉਹ ਜਿਹਾ ਗੱਡੀ ਦਾ ਨਹੀਂ ਪਰ ਵੈਂਟ ਜਿਹੜੇ ਆ ਉਹ ਅਲੱਗ-ਅਲੱਗ ਟੈਂਪਰੇਚਰ ਜਿਹੜੇ ਆ ਉਹ ਦੇਣਗੇ ਕੋਈ ਬਹੁਤਾਂ ਫਾਇਦੇਮੰਦ ਫੀਚਰ ਹੈ ਨਹੀਂ ਆ ਮਤਲਬ ਕਹਿਣ ਨੂੰ ਹੈਗਾ ਕੰਪਨੀਆ ਵੱਲੋਂ 스마트 ਕੀ ਪੁਸ਼ ਸਟਾਰਟ ਬਟਨ ਇਹਦੇ ਵਿੱਚ ਮਿਲ ਜੂਗਾ ਯਾਨੀ ਕਿ ਚਾਬੀ ਤੋਂ ਬਿਨਾਂ ਵੀ ਗੱਡੀ 'ਚ ਤੁਸੀਂ ਮਤਲਬ ਲਾਉਣ ਦੀ ਲੋੜ ਨਹੀਂ ਪੁਸ਼ ਸਟਾਰਟ ਬਟਨ ਜਿਹੜਾ ਇਹਦੇ 'ਚ ਮਿਲ ਜੂਗਾ ਉਦੋਂ ਬਾਅਦ ਫੋਲਡ ORVM ਮਿਲ ਜਾਣਗੇ ਮਤਲਬ ਪਹਿਲਾਂ ਹਜੇ ਤੱਕ ਤੁਸੀਂ ਗੱਡੀ ਦੇ ਵਿੱਚ ਅੰਦਰੋਂ ਐਡਜਸਟ ਕਰ ਸਕਦੇ ਸੀ ORVM ਹੁਣ ਜਿਹੜਾ SX ਆਪਸ਼ਨਲ ਦੇ ਵਿੱਚ ਤੁਸੀਂ ਫੋਲਡ ਵੀ ਕਰ ਸਕਦੇ ਹੋ ਸਾਈਡਾਂ ਵਾਲੇ ਸ਼ੀਸ਼ੇ ਇਲੈਕਟ੍ਰੋਨਿਕ ਪਾਰਕਿੰਗ ਬ੍ਰੇਕ ਮਿਲ ਜੂਗੀ ਵਿਦ ਆਟੋ ਹੋਲਡ ਦੇ ਨਾਲ ਡਰਾਈਵਿੰਗ ਮੋਡਸ ਮਿਲ ਜਾਣਗੇ ਮੋਡਸ ਲਗ ਲਗ ਇਕੋ ਨਾਰਮਲ ਸਪੋਰਟ ਮੋਡ ਇਹ ਸਾਰੇ ਵਿੱਚ ਆ ਜਾਣਗੇ ਟ੍ਰੈਕਸ਼ਨ ਮੋਡਸ ਵੀ ਆ ਜਾਣਗੇ ਪੈਡਲ ਸ਼ਿਫਟਰ ਵੀ ਨਾਲ ਮਿਲ ਜਾਣਗੇ ਅਗਲਾ ਵੇਰੀਐਂਟ ਹੈ ਜੀ ਐਸਐਕਸ ਉਹਦੇ ਵਿੱਚ ਤੁਹਾਨੂੰ ਸਿਰਫ ਪੈਟਰੋਲ ਮਿਲੂਗਾ ਇਹ ਮੈਨੂੰ ਸਭ ਤੋਂ ਬੇਕਾਰ ਵੇਰੀਐਂਟ ਲੱਗਾ ਪਰ ਸਿਰਫ ਇਹਨਾਂ ਨੇ ਗੈਪ ਕਲੀਅਰ ਕਰਨ ਦੇ ਚੱਕਰ 'ਚ ਇਹਨੂੰ ਸਿਰਫ ਪੈਟਰੋਲ ਦੇ ਵਿੱਚ ਕਰਤਾ ਔਰ ਪੈਟਰੋਲ ਔਰ ਮੈਨੂਅਲ ਦੋਨੇ ਚੀਜ਼ਾਂ ਇਹਦੇ ਵਿੱਚ ਹੈਗੀਆਂ ਨੇ ਔਰ ਇਹ 15 ਲੱਖ 27 ਹਜ਼ਾਰ ਰੁਪਏ 'ਚ ਤੁਹਾਨੂੰ ਮਿਲ ਜੂਗਾ ਇਦੇ ਵਿੱਚ ਆਟੋ ਅਪ ਡਾਊਨ ਡਰਾਈਵਿੰਗ ਵਿੰਡੋ ਮਿਲ ਜਾਣਗੀਆਂ ਸ਼ੀਸ਼ਾ ਜਿਹੜਾ ਆਪਣੇ ਆਪ ਤਾਂ ਠਾਂ ਜਿਹੜਾ ਉਹ ਵਾਲਾ ਸਿਸਟਮ ਮਿਲ ਜਾਊਗਾ ਵਨ ਟੱਚ ਤੇ ਹੋ ਜਾਇਆ ਕਰੂਗਾ ਡੇ ਨਾਈਟ ਆਈਆਰਵੀਐਮ ਮਿਲ ਜਾਣਗੇ 17 ਇੰਚ ਡਾਇਮੰਡ ਕੱਟ ਅਲਾਈਵਲ ਇਹਦੇ ਵਿੱਚ ਮਿਲ ਜਾਣਗੇ ਐਲਈਡੀ ਟਰਨ ਸਿਗਨਲ ਇੰਡੀਕੇਟਰ ਮਿਲਣਗੇ ਸੈਮੀ ਲੈਦਰ ਸੀਟਸ ਮਿਲਣੀਆਂ ਇੱਥੇ ਪਿਓਰ ਲੈਦਰ ਨਹੀਂ ਮਿਲ ਰਹੀਆਂ ਸਿਰਫ ਸੈਮੀ ਲੈਦਰ ਮਿਲ ਰਹੀਆਂ ਲੈਦਰ ਰੈਪਡ ਸਟੀਅਰਿੰਗ ਵੀਲ ਮਿਲ ਜਾਊਗਾ ਵੌਇਸ ਕਮਾਂਡ ਸਿਸਟਮ ਵੀ ਇਹਦੇ ਵਿੱਚ ਆ ਜਾਊਗਾ ਜਦੋਂ ਸਨਰੂਫ ਵਗੈਰਾ ਖੋਲਣਾ ਤਾਂ ਤੁਸੀਂ ਮੂੰਹ ਤੋਂ ਬੋਲ ਕੇ ਦੱਸ ਦੋਗੇ ਤਾਂ ਤਾਂ ਵੀ ਸਨਰੂਫ ਖੁੱਲ ਜਾ ਤੇ ਵਾਇਰਲੈਸ ਚਾਰਜਰ ਵੀ ਇਹਦੇ ਵਿੱਚ ਮਿਲ ਜੂਗਾ 스마트 ਕੀ ਇਨ ਸਟਾਰਟ ਸਟਾਪ ਜਿਹੜਾ ਉਹ ਵੀ ਫੀਚਰ ਮਿਲ ਜੂਗਾ 10.25 ਇੰਚ ਟੱਚ ਸਕਰੀਨ ਸਿਸਟਮ ਮਿਲ ਜੂਗਾ ਵਿਦ ਨੈਵੀਗੇਸ਼ਨ ਮਿਲੂਗਾ ਔਰ ਇੱਕ ਖਾਸ ਚੀਜ਼ ਇਹ ਦੇ ਵਿੱਚ ਆਏ ਹੋ ਜੂਗੀ ਕਿ ਇਹਦੇ ਵਿੱਚ ਤੁਹਾਨੂੰ ਐਲੈਕਸਾ ਮਿਲ ਜਾ ਕਰੂਗਾ ਬਾਕੀ ਇਸ ਵੇਰੀਐਂਟ ਦੇ ਵਿੱਚ ਕੁਝ ਵੀ ਖਾਸ ਨਹੀਂ ਹੈਗਾ ਅੱਗੇ ਗੱਲ ਕਰ ਲਈਏ ਤੇ SX SX ਟੈਕ ਟੈਕ ਦੇ ਵਿੱਚ ਕੀ ਖਾਸ ਆ ਪੈਟਰੋਲ ਮੈਨੂਅਲ ਟਰਾਂਸਮਿਸ਼ਨ ਮਿਲੂਗਾ ਉਹਦਾ ਰੇਟ ਹੈਗਾ 15,95,000 ਸੀਵੀਟੀ ਲੈਣ ਦੇ ਵਿੱਚ 17,45,000 ਚ ਮਿਲ ਜੂਗਾ ਡੀਜ਼ਲ ਮੈਨੂਅਲ ਟਰਾਂਸਮਿਸ਼ਨ ਹੈ 17,45,000 ਰੁਪਏ ਦੇ ਵਿੱਚ ਮਿਲ ਜੂਗਾ ਇਹਦੇ ਵਿੱਚ ਤੁਹਾਨੂੰ ਖਾਸ ਕੀ ਹੈ ਕਿ ਐਡਾਸ ਮਿਲ ਜੂਗਾ ਇਹਦੇ ਵਿੱਚ ਲੈਵਲ 2 ਦਾ 8 ਸਪੀਕਰ ਮਿਲਣਗੇ 스마트 크루즈 컨트롤 ਇਹਦੇ ਵਿੱਚ ਮਿਲ ਜਾ ਕਰੂਗਾ ਬਸ ਇਹੋ ਹੀ ਖਾਸ ਚੀਜ਼ਾਂ ਨੇ ਜਿਹੜੀਆਂ ਐਸਐਕਸ ਟੈਕ ਦੇ ਵਿੱਚ ਮਿਲ ਰਹੀਆਂ ਨੇ ਅੱਗੇ ਗੱਲ ਕਰ ਰਹੀਏ ਐਸਐਕਸ ਆਪਸ਼ਨਲ ਜਿਹੜਾ ਤੁਹਾਨੂੰ ਪੈਟਰੋਲ ਡੀਜ਼ਲ ਦੇ ਵਿੱਚ ਮਿਲ ਜੂਗਾ ਤੇ ਇਹਦੇ ਵਿੱਚ ਨਾਲ ਤੁਹਾਨੂੰ ਟਰਬੋ ਪੈਟਰੋਲ ਵੀ ਮਿਲ ਜੂਗਾ ਐਸਐਕਸ ਆਪਸ਼ਨਲ ਜਿਹੜਾ ਉਹ ਸਭ ਤੋਂ ਟਾਪ ਵੇਰੀਐਂਟ ਆ ਇਹਦੇ ਵਿੱਚ ਸਾਰਾ ਕੁਝ ਹੀ ਮਿਲ ਜੂਗਾ ਕੁੱਲ ਮਿਲਾ ਕੇ ਕ੍ਰੇਟਾ ਦੇ ਉੱਤੇ ਜਿਹੜਾ ਹੁੰਡਾਈ ਨੇ ਇੱਕ ਬੜੀ ਤਗੜੀ ਗੇਮ ਖੇਡੀ ਹੈ ਕਿ ਜਾਂ ਤੇ ਤੁਸੀਂ ਬਿਲਕੁਲ بیس ਹੀ ਲਓ ਤੇ ਜਾਂ ਫਿਰ ਬਿਲਕੁਲ ਟਾਪ ਲਓ ਇਹਦੇ ਬਾਰੇ ਆਪਾਂ ਲਾਸਟ ਤੇ ਗੱਲ ਕਰਦੇ ਹਾਂ ਕਿ ਤੁਹਾਡੇ ਵਾਸਤੇ ਸਭ ਤੋਂ ਵਧੀਆ ਵੇਰੀਐਂਟ ਕਿਹੜਾ ਰਹੂਗਾ ਹੁਣ ਇਹਦੇ ਵਿੱਚ ਜੇ ਤੁਸੀਂ ਪੈਟਰੋਲ ਮੈਨੂਅਲ ਟਰਾਂਸਮਿਸ਼ਨ ਲੈਂਦੇ ਹੋ ਤੇ 17 ਲੱਖ 24 ਹਜ਼ਾਰ ਦਾ ਸੀਵੀਟੀ ਲੈਂਦੇ ਹੋ ਤੇ 18 ਲੱਖ 70000 ਦਾ ਡੀਜ਼ਲ ਦੇ ਵਿੱਚ ਮੈਨੂਅਲ ਟਰਾਂਸਮਿਸ਼ਨ 18740000 ਦਾ ਆਟੋਮੈਟਿਕ ਲੈਂਦੇ ਹੋ ਤਾਂ 20 ਲੱਖ ਰੁਪਏ ਦਾ ਮਿਲ ਜਾਊਗਾ ਪਰ ਟਰਬੋ ਪੈਟਰੋਲ ਦੇ ਵਿੱਚ ਡੀਸੀਟੀ 20 ਲੱਖ ਰੁਪਏ ਵਿੱਚ ਤੁਹਾਨੂੰ ਮਿਲ ਜਾਊਗਾ ਹੁਣ ਇਹਦੇ ਵਿੱਚ ਕੀ ਮਿਲੇਗਾ ਖਾਸ ਫਰੰਟ ਪਾਰਕਿੰਗ ਸੈਂਸਰ ਮਿਲ ਜਾਣਗੇ 스마트 ਕਰੂਜ਼ ਕੰਟਰੋਲ ਇਹਦੇ ਵਿੱਚ ਵੀ ਮਿਲ ਜਾਊਗਾ 360 ਡਿਗਰੀ ਕੈਮਰਾ ਸਿਰਫ ਤੁਹਾਨੂੰ ਟੌਪ ਵੇਰੀਐਂਟ ਦੇ ਵਿੱਚ ਮਿਲੇਗਾ ਬਲਾਈਂਡ ਸਪੌਟ ਵਿਊ ਮੋਨੀਟਰ ਜਿਹੜਾ ਸਕਰੀਨ ਦੇ ਵਿੱਚ ਜਿਹੜੇ ਸਾਈਡਾਂ ਵਾਲੇ ਜਿਹੜੇ ਸ਼ੀਸ਼ੇ ਆ ਉਹਨਾਂ ਦਾ ਵਿਊ ਵੀ ਸਕਰੀਨ ਤੇ ਆਜਿਆ ਕਰੂਗਾ ਉਹ ਵੀ ਟੌਪ 'ਚ ਮਿਲੂਗਾ ਅਗੇ ਲੈਦਰ ਸੀਟਸ ਮਿਲਣਗੀਆਂ ਪ੍ਰੋਪਰ ਲੈਦਰ ਸੀਟਾਂ ਮਿਲਣਗੀਆਂ ਔਰ ਆਰਮ ਰੈਸਟ ਵੀ ਮਿਲਿਆ ਕਰਨਗੇ ਉਹ ਵੀ ਸਿਰਫ ਟੌਪ ਦੇ ਵਿੱਚ 8 ਵੇ ਐਡਜਸਟੇਬਲ ਫਰੰਟ ਸੀਟਾਂ ਮਿਲਣਗੀਆਂ ਔਰ ਫਰੰਟ ਵੈਂਟੀਲੇਟਿਡ ਸੀਟਾਂ ਵੀ ਤੁਹਾਨੂੰ ਟੌਪ ਦੇ ਵਿੱਚ ਮਿਲਿਆ ਕਰਨਗੀਆਂ ਇਹਦੇ ਵਿੱਚ 10.25 ਇੰਚ ਸਕਰੀਨ ਮਿਲਿਆ ਕਰੂਗੀ ਜਿਹੜੀ ਸਪੀਡੋਮੀਟਰ ਵਾਲੀ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਤੁਹਾਨੂੰ 10.25 ਇੰਚ ਦੇ ਵਿੱਚ ਮਿਲਿਆ ਕਰੂਗੀ ਹੁਣ ਦੋਸਤੋ ਇਹ ਤੁਹਾਨੂੰ ਮੈਂ ਕੱਲੇ-ਕੱਲੇ ਵੇਰੀਐਂਟ ਬੜੇ ਘੱਟ ਸਮੇਂ ਦੇ ਵਿੱਚ ਬਹੁਤ ਫਾਸਟ ਵੀਡੀਓ ਬਣਾ ਕੇ ਦੱਸ ਦਿੱਤੇ ਆ ਹੁਣ ਇੱਕ ਕੰਮ ਦੀ ਗੱਲ ਕਰ ਲਈਏ ਕਿ ਇਹਨਾਂ ਚੋਂ ਲੈਣ ਵਾਲਾ ਕਿਹੜਾ ਹੈ ਦੇਖੋ ਦੋਸਤੋ ਜੇ ਤੇ ਤੁਸੀਂ ਬਿਲਕੁਲ ਆਮ ਬਜਟ 'ਤੇ ਤੁਹਾਡਾ ਬਹੁਤੇ ਪੈਸੇ ਤੁਸੀਂ ਨਹੀਂ ਖਰਚਣਾ ਚਾਹੁੰਦੇ ਤੇ ਵਧੀਆ ਡੀਜ਼ਲ ਗੱਡੀ ਵੀ ਲੈਣਾ ਚਾਹੁੰਦੇ ਹੋ ਉਹ ਤੁਹਾਨੂੰ ਦੋਸਤੋ ਈਐਕਸ ਵੇਰੀਐਂਟ ਜਿਹੜਾ ਬਹੁਤ ਜ਼ਿਆਦਾ ਬੈਸਟ ਰਹੂਗਾ ਸਾਰੇ ਹੀ ਟੋਟਲੀ ਕੰਮ ਦੇ ਫੀਚਰਸ ਤੁਹਾਨੂੰ ਮਿਲ ਜਾਣਗੇ ਕੋਈ ਇੱਕ ਪੈਸੇ ਦੀ ਚੀਜ਼ ਵੀ ਤੁਹਾਨੂੰ ਲਵਾਉਣ ਦੀ ਲੋੜ ਨਹੀਂ ਪੈਣੀ ਇਹ ਤੁਹਾਨੂੰ ਪੈਟਰੋਲ ਡੀਜ਼ਲ ਦੇ ਵਿੱਚ ਮਿਲ ਜੂਗਾ ਪਰ ਜੇ ਤੁਸੀਂ ਕਹਿੰਦੇ ਹੋ ਕਿ ਆਪਾਂ ਆਟੋਮੈਟਿਕ ਹੀ ਲੈਣਾ ਤੇ ਉਹ ਤੁਹਾਨੂੰ ਦੋਸਤੋ ਐਸ ਆਪਸ਼ਨਲ ਰਹੂਗਾ ਆਟੋਮੈਟਿਕ ਦੇ ਵਿੱਚ ਬੈਸਟ ਰਹੂਗਾ ਜੇ ਤੁਸੀਂ ਈਐਕਸ ਖਰੀਦਦੇ ਹੋ ਤੇ ਉਹ ਤੁਹਾਨੂੰ ਪੈਟਰੋਲ ਦੇ ਵਿੱਚ 12 ਲੱਖ 18 ਹਜ਼ਾਰ ਦਾ ਮਿਲੂਗਾ ਡੀਜ਼ਲ ਚ ਖਰੀਦਦੇ ਹੋ ਤੇ 13 ਲੱਖ 68 ਹਜ਼ਾਰ ਰੁਪਏ ਚ ਐਕ ਸ਼ੋਰੂਮ ਪ੍ਰਾਈਸ ਮਿਲ ਜੇਗਾ ਉਦੋਂ ਬਾਅਦ ਜੇ ਤੁਸੀਂ ਐਸ ਆਪਸ਼ਨਲ ਲੈਂਦੇ ਹੋ ਤੇ ਉਹ ਤੁਹਾਨੂੰ ਮਿਲੇਗਾ ਆਟੋਮੈਟਿਕ ਚ ਜੇ ਤੁਸੀਂ ਜਾਣਾ ਤੇ ਪੈਟਰੋਲ ਜਿਹੜਾ ਸੀਵੀਟੀ ਦੇ ਵਿੱਚ 15 83 ਦਾ ਮਿਲੂਗਾ ਤੇ ਡੀਜ਼ਲ ਆਟੋਮੈਟਿਕ ਦੇ ਵਿੱਚ 1733 ਦਾ ਮਿਲੂਗਾ ਜੇ ਮੈਨੂਅਲ ਟਰਾਂਸਮਿਸ਼ਨ ਚ ਲੈਂਦੇ ਹੋ ਤੇ 1583 ਹਜ਼ਾਰ ਦਾ ਮਿਲੂਗਾ ਅੱਗੇ ਗੱਲ ਕਰ ਲਈਏ ਕਿ ਜੇ ਤੁਸੀਂ ਟੋਟਲੀ ਸਾਰੇ ਫੀਚਰ ਲੈਂਦੇ ਹੋ ਬਜਟ ਦੀ ਤੁਹਾਨੂੰ ਕੋਈ ਕਮੀ ਨਹੀਂ ਪੈਸਾ ਕੋਲ ਵਾਧੂ ਆ ਗੱਡੀ ਚਾਹੀਦੀ ਫੁੱਲ ਫੀਚਰਾਂ ਦੇ ਨਾਲ ਫਿਰ ਬਈ ਤੁਸੀਂ ਟੌਪ ਲਓ ਟੌਪ ਦਾ ਵੇਰੀਐਂਟ ਤੁਹਾਨੂੰ ਦੱਸਦਾ ਉਹ ਤੁਹਾਨੂੰ ਤਕਰੀਬਨ 20 ਲੱਖ ਰੁਪਏ ਚ ਪਊਗਾ ਸੋ ਦੋਸਤੋ ਇਹ ਸੀਗੀ ਸਾਰੀ ਕਹਾਣੀ ਕਰੇਟਾ ਦੀ ਜੇ ਵੀਡੀਓ ਵਧੀਆ ਲੱਗਦੀ ਆ ਤੇ ਇਹਨੂੰ ਸ਼ੇਅਰ ਜਰੂਰ ਕਰਿਆ ਕਰੋ ਤੁਹਾਡਾ ਇੱਕ ਸ਼ੇਅਰ ਜਿਹੜਾ ਉਹ ਤੁਹਾਨੂੰ ਬੂਸਟ ਕਰਦਾ ਵਾ ਅੱਗੇ ਫੇਰ ਹਿੰਮਤ ਪੈਂਦੀ ਹੈ ਕਿ ਫੇਰ ਟਾਈਮ ਕੱਢ ਕੇ ਵੀਡੀਓ ਬਣਾਈਏ ਸੋ ਇਸ ਕਰਕੇ ਸ਼ੇਅਰ ਜਰੂਰ ਕਰਿਆ ਕਰੋ ਜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜਰੂਰ ਕਰੋ ਯੂ ਫੇਸਬੁਕ ਤੇ ਦੇਖ ਰਹੇ ਹੋ ਤੇ ਫੋਲੋ ਜਰੂਰ ਕਰਿਓ ਮਿਲਦੇ ਆਂ ਜੀ ਫੇਰ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਮੁੱਦੇ ਦੇ ਨਾਲ ਧੰਨਵਾਦ